ਬੜਾ ਹੀ ਸਕੇਰੀ ਐਕਸਪੀਰੀਅੰਸ ਸੀਗਾ, ਸਾਰੀ ਬੰਬਾਰਡਿੰਗ, ਸ਼ੈਲਿੰਗ, ਅੱਖਾਂ ਸਾਹਮਣੇ ਟੈਂਕ ਘੁੰਮ ਰਹੇ ਹੈ, ਗੋਲੀਆਂ ਸ਼ਰੇਆਮ ਵੱਜ ਰਹੀਆਂ, ਕੋਈ ਪਤਾ ਨਹੀਂ ਕਦੋਂ ਉੱਪਰੋਂ ਆਸਮਾਨ 'ਚੋਂ ਮਿਸਾਈਲ ਆ ਕੇ ਡਿੱਗ ਪੈਣੀ ਹੈ, ਕੋਈ ਪਤਾ ਨਹੀਂ ਕਿੱਥੇ ਗੋਲੀਆਂ ਸ਼ੁਰੂ ਹੋ ਜਾਣੀਆਂ ਮੈਂ। ਬੜਾ ਹੀ ਖਤਰਨਾਕ ਐਕਸਪੀਰੀਅੰਸ ਸੀਗਾ। ਅਬ ਤੋ ਬਹੁਤ ਅੱਛਾ ਲੱਗ ਰਿਹਾ ਕਿ ਹਮ ਸੇਫਲੀ ਪਹੁੰਚ ਗਏ, ਔਰ ਯਹੀ ਹੈ ਕਿ ਸਭੀ ਬੱਚੇ ਸੇਫਲੀ ਪਹੁੰਚ ਜਾਏ। ਤਾਂ ਸਾਡੀ ਯੂਨੀਵਰਸਿਟੀ ਤਬਾਹ ਹੋ ਚੁੱਕੀ ਹੈ। ਸੁੱਖ ਦਾ ਸਹਾਰ ਹੈ ਕਿ ਆਰਾਮ ਨਾਲ ਬੈੱਡ 'ਤੇ ਐਟਲੀਸਟ ਸੌਣ ਨੂੰ ਮਿਲਿਆ। ਉੱਥੇ ਤਾਂ ਇੰਨੀ ਆਵਾਜ਼, ਇੰਨੇ ਰੋਲੇ 'ਚ ਸੌਣ ਦਾ ਡਰ ਹੀ ਇੰਨਾ ਸੀਗਾ ਕਿ ਨੀਂਦ ਆ ਹੀ ਨਹੀਂ ਰਹੀ ਸੀ। ਇੱਕ ਮਿੰਟ 'ਤੇ ਅੱਖ ਲੱਗ ਵੀ ਜਾਵੇ ਆਵਾਜ਼ ਨਾਲ, ਜਦੇ ਤੇ ਜਦੇ ਹੀ ਅੱਖ ਖੁੱਲ੍ਹ ਜਾਂਦੀ ਸੀਗੀ। ਬੜਾ ਬੁਰਾ ਹਾਲ ਰਿਹਾ। ਵਾਪਸ ਬਸ ਆਪਦੇ ਹੌਸਲੇ ਹਿੰਮਤ ਨਾਲ ਹੀ ਪਹੁੰਚੇ ਹਾਂ ਉੱਥੋਂ ਫਲੈਟ 'ਚੋਂ, ਆਪੇ ਹੀ ਪੈਦਲ ਜਾ ਕੇ ਬੜੇ ਔਖੇ ਰੇਲਵੇ ਸਟੇਸ਼ਨ 'ਤੇ ਪਹੁੰਚਣਾ, ਫਿਰ ਉੱਥੇ ਲੜ ਲੁੜ ਕੇ ਜਾਂ ਧੱਕਾ ਮੁੱਕੀ ਨਾਲ ਹੀ ਟ੍ਰੇਨ 'ਚ ਵੜਨਾ, ਆਪਦੇ ਸ਼ਹਿਰ ਤੋਂ ਕੀਵ ਦੇ ਵਿੱਚ ਦੀ ਲੰਘਦੇ ਹੋਏ ਬਾਰਡਰ ਤੱਕ ਪਹੁੰਚੇ ਹਾਂ ਅਸੀਂ। ਬਾਹਰ ਤਾਂ ਅਸੀਂ ਨਿਕਲੇ ਹੀ ਨਹੀਂ ਬੰਕਰਾਂ 'ਚੋਂ, ਸਿਰਫ ਮੰਨ ਲਓ ਜੋ ਪਾਣੀ ਭਰਨ ਗਏ ਹਾਂ ਜਾਂ ਆਪਣੇ ਉੱਪਰ ਫਲੈਟ ਦੇ ਵਿੱਚ ਖਾਣਾ ਖੁਣਾ ਬਣਾਉਣ ਗਏ ਹਾਂ। ਹਾਲਾਤ ਇਹ ਹੈ ਕਿ ਬਸ ਅੱਖਾਂ ਬੰਦ ਕਰਕੇ ਹੁੰਦਾ ਸੀ ਵੀ ਅੰਦਰ ਵੜ ਜਾਈਏ ਜਿਵੇਂ ਤਿਵੇਂ ਕਰਕੇ। ਮੈਨੂੰ ਤਾਂ ਦੇਖੋ ਕੋਈ ਸਪੋਰਟ ਨਹੀਂ ਮਿਲੀ, ਜਾਂ ਮੇਰੇ ਜਿੰਨੇ ਵੀ ਨਾਲ ਦੇ ਦੋਸਤ ਹੈਗੇ ਅਸੀਂ ਸਾਰੇ ਆਪੇ ਹੀ ਪਹੁੰਚੇ ਹਾਂ ਅਸੀਂ, ਆਪਦੇ ਹੀ ਲੱਕ 'ਤੇ ਪਹੁੰਚੇ ਹਾਂ ਅਸੀਂ। ਮਈ ਦੇ ਵਿੱਚ ਮੇਰਾ ਇਗਜ਼ਾਮ ਹੋਣਾ ਸੀ, ਫਾਈਨਲ ਇਗਜ਼ਾਮ, ਸਟੱਡੀ ਮੇਰੀ ਆਲਮੋਸਟ ਕੰਪਲੀਟ ਹੈ, ਬਸ ਇਗਜ਼ਾਮ ਹੀ ਦੇਣਾ ਸੀ। ਪਤਾ ਨਹੀਂ ਸਾਡੇ ਟੀਚਰਸ ਵੀ ਸੇਫ ਹੈ ਕਿ ਨਹੀਂ, ਪਤਾ ਨਹੀਂ ਉਹ ਕਿੱਥੇ ਹੈ। ਅਸੀਂ ਤਾਂ ਫਿਰ ਜਿਹੜੇ ਆਪਦੇ ਆਪਦੇ ਦੇਸ਼ਾਂ 'ਚ ਮੁੜੇ ਹੋਏ ਆ, ਉੱਥੋਂ ਦੇ ਲੋਕ ਕੀ ਪਤਾ ਕਿੱਥੇ ਗਏ ਆ, ਪੜ੍ਹਾਉਣਾ ਕਿਨੇ, ਔਨਲਾਈਨ ਵੀ ਤਾਂ ਟੀਚਰ ਚਾਹੀਦਾ ਨਾ। ਤਾਂ ਅਸੀਂ ਆਲਰੇਡੀ ਉੱਥੇ 6 ਸਾਲ ਲਾ ਚੁੱਕੇ ਹਾਂ, 2 ਮਹੀਨਿਆਂ ਨੂੰ ਸਾਡੀ ਡਿਗਰੀ ਮਿਲਣੀ ਸੀ ਸਾਨੂੰ। ਸਾਨੂੰ ਹੁਣ ਹੋਰ ਸਫ਼ਰ ਨਾ ਕਰਨਾ ਪਵੇ, ਇਹਦਾ ਉਹ ਧਿਆਨ ਰੱਖਣ ਕਿ ਸਾਨੂੰ ਜਿਹੜੇ ਬੱਚਿਆਂ ਦੀ 1-2 ਮਹੀਨੇ ਨੂੰ ਡਿਗਰੀ ਹੋਣੀ ਆ ਉਹਨਾਂ ਲਈ ਕੋਈ ਹੋਰ ਰੁਕਾਵਟ ਨਾ ਪੈਦਾ ਕਰਨ, ਸਾਨੂੰ ਸਾਰਿਆਂ ਨੂੰ ਚਾਂਸ ਦਿੱਤਾ ਜਾਵੇ ਅਤੇ ਇੱਥੇ ਐਡਜਸਟ ਕੀਤਾ ਜਾਵੇ। ਮਾਰਚ ਕੋ ਕਿਆ ਹੋਆ ਕਿ ਬਹੁਤ ਜ਼ਿਆਦਾ ਬੋਮਬਿੰਗ ਫਾਇਰਿੰਗ ਸਟਾਰਟ ਹੋ ਗਈ, ਤੋ ਹਮਾਰੇ ਕੋ ਸੁਬਹ ਸੁਬਹ ਇੰਡੀਆ ਕਾ ਫਲੈਗ ਲੈ ਕੇ ਹਮ ਪੈਦਲ 10 ਕਿਲੋਮੀਟਰ ਸਟੇਸ਼ਨ ਤੱਕ ਚੱਲ ਪੜੇ। ਉਸਕੇ ਬਾਅਦ ਹਮ 24 ਘੰਟੇ ਕਾ ਸਫ਼ਰ ਕਰਕੇ ਟ੍ਰੇਨ ਮੇਂ ਲਵੀਵ ਪਹੁੰਚੇ ਹੈ। ਵਹਾਂ ਸੇ ਬਸਿਸ ਨਹੀਂ ਮਿਲੀ ਹਮਾਰੇ ਕੋ, ਤੋ ਹਮ ਸਭ ਨੇ ਟੈਕਸੀਜ਼ ਕਰਵਾਈ, ਹਮਨੇ ਆਪਣੇ ਗਰੁੱਪ ਬਣਾ ਹੋਆ ਥਾ, ਤੋ ਹਮ ਟੈਕਸੀ ਕਰਵਾ ਕੇ ਬੁਦੋਮਿਰਸ ਬੋਰਡਰ ਤੱਕ ਪਹੁੰਚੇ। ਫਿਰ ਵਹਾਂ ਸੇ ਹਮਾਰੇ ਕੋ ਬੋਰਡਰ ਕ੍ਰੋਸ ਕਰਨੇ ਮੇਂ ਅਰਾਊਂਡ 8 ਆਵਰਸ ਲੱਗ ਗਏ। 8 ਆਵਰਸ ਕੇ ਬਾਅਦ ਹਮ ਪੋਲੈਂਡ ਪਹੁੰਚੇ, ਫਿਰ ਵਹਾਂ ਸੇ ਹਮਾਰੇ ਕੋ ਇੰਡੀਅਨ ਅੰਬੈਸੀ ਨੇ ਹੋਟਲ ਮੇਂ ਰੱਖਾ, ਫਿਰ ਔਰ ਵਹਾਂ ਸੇ ਫਲਾਈਟ ਮੇਂ ਲੈ ਕੇ ਵਾਪਸ ਆ ਗਏ। ਇੰਡੀਅਨ ਗਵਰਨਮੈਂਟ ਕੋ ਮੈਂ ਬੋਲੂੰਗੀ ਕਿ ਥੋੜ੍ਹਾ ਸਾ ਹਮਾਰੇ ਕੋ ਯਹਾਂ ਪੇ ਵੀ ਫੀਲੇਸ਼ਨ ਦੇ, ਔਰ ਹਮਾਰੀ ਇਹ ਸਟੱਡੀ ਯਹਾਂ ਪੇ ਕੰਪਲੀਟ ਕਰਨੇ ਕਾ ਹਮਾਰੇ ਕੋ ਮੌਕਾ ਦੇ। ਪਹਿਲਾਂ ਬਹੁਤ ਟੈਨਸ਼ਨ ਸੀ ਜੀ, ਬੱਚੇ ਜਿੰਨਾ ਚਿਰ ਘਰੇ ਨਾ ਆਵੇ ਜੀ ਟੈਨਸ਼ਨ ਤਾਂ ਮਾਪਿਆਂ ਨੂੰ ਹੁੰਦੀ ਹੈ ਜੀ, ਕਹਿੰਦਾ ਮਤਲਬ ਇੰਨੀ ਟੈਨਸ਼ਨ ਸੀ ਕਿਉਂਕਿ ਬੱਚੇ ਨੂੰ ਦੇਖੀਦਾ ਸੀ ਉੱਥੇ ਆਵਾਜ਼ਾਂ ਮੋਬਾਈਲ ਦੇ ਵਿੱਚ ਅਸੀਂ ਜਦੋਂ ਔਨਲਾਈਨ ਬੱਚੇ ਨਾਲ ਗੱਲ ਕਰਦੇ ਸੀ ਫੇਸ ਟੂ ਫੇਸ, ਉਦੋਂ ਬਹੁਤ ਸਾਨੂੰ ਬਾਹਰ ਗੋਲੀਆਂ ਬੰਬ ਵਗੈਰਾ ਦੀ ਆਵਾਜ਼ ਦੀ ਬਹੁਤ ਸੁਣਦੀ ਸੀ ਜੀ। ਇਹ ਸਰਕਾਰ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ, ਜਿਵੇਂ ਕੋਈ ਵੀ ਸਰਕਾਰਾਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਜੀ, ਆ ਕੇ ਗੱਲਾਂ ਬਾਤਾਂ ਹੀ ਕਰਦੀਆਂ ਜੀ, ਕੁਛ ਕਿਸੇ ਨੇ ਕੁਛ ਵੀ ਹੈਲਪ ਨਹੀਂ ਕੀਤੀ। ਭਾਰਤ ਸਰਕਾਰ ਅੱਗੇ ਇਹੀ ਮੰਗ ਕਰਦੇ ਹਾਂ ਵੀ ਸਾਡੀ ਬੱਚੀ ਨੂੰ ਇੱਥੇ ਹੀ ਪੜ੍ਹਾਇਆ ਜਾਵੇ, ਕਿਉਂਕਿ ਹੁਣ ਕਹਾਂ ਉੱਥੇ ਯੂਕਰੇਨ ਦਾ ਕੀ ਮਸਲਾ ਹੱਲ ਹੁੰਦਾ ਕੀ ਨਹੀਂ ਹੁੰਦਾ, ਕਿਉਂਕਿ ਇੰਨੀ ਵਾਰ ਲੱਗੀ ਹੈ ਜੀ ਬੱਚਿਆਂ ਦਾ ਔਨਲਾਈਨ ਵੀ ਪੜ੍ਹਾਈ ਕਰਨਾ ਬਹੁਤ ਔਖਾ। ਜੇ ਇੰਡੀਆ ਗੌਰਮੈਂਟ ਕੁਛ ਨਾ ਕਰ ਸਕੀ, ਉੱਥੋਂ ਦੀ ਸਰਕਾਰ ਨੇ ਕੁਛ ਕੀਤਾ ਅਤੇ ਉਹ ਦੁਬਾਰਾ ਪੜ੍ਹਾਈ ਸ਼ੁਰੂ ਕਰਨਗੇ ਤਾਂ ਅਸੀਂ ਜ਼ਰੂਰ ਭੇਜਾਂਗੇ ਜੀ ਬੱਚੇ ਨੂੰ।